ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਡੇ ਸਾਹਮਣੇ ਫਿਰ ਮੁੜ ਕੇ ਹਾਜ਼ਰ ਹੋਏ ਹਾਂ ਇੱਕ ਨਵੇਂ ਤਜਰਬੇ ਦੇ ਨਾਲ। ਹੀਰੋ ਹਾਂਡਾ SS 2006 ਮਾਡਲ ਹੀਰੋ ਹਾਂਡਾ, ਇਹ ਵੀ ਸਾਡੇ ਇੱਕ ਯਾਰ ਦੋਸਤ ਨੇ ਮਤਲਬ ਰੂਹ ਨਾਲ ਸ਼ੌਂਕ ਨਾਲ ਸਾਂਭ ਕੇ ਰੱਖਿਆ ਹੋਇਆ ਵਾ। 2006 ਮਾਡਲ ਆ, 0420 ਨੰਬਰ ਆ। ਅਸੀਂ ਕਈ ਵਾਰ ਪੁੱਛਿਆ ਵੀ ਪਤੰਦਰਾ ਨੰਬਰ ਹੀ ਬੜਾ ਗਲਤ ਜਿਹਾ ਲਈ ਫਿਰਦਾ, ਕਹਿੰਦਾ ਉਦੋਂ 5000 ਦਾ ਲਿਆ ਸੀ ਮੈਂ ਬਲੈਕ ਦੇ ਕੇ, ਪਤਾ ਨਹੀਂ ਕੀ ਸ਼ੌਂਕ ਚੜ੍ਹਿਆ ਸੀ ਮੁੰਡਾ ਨਾਲ ਇੰਨਾ ਕੁ ਸਾਊਗਾ ਵੀ ਰਹੇ ਰੱਬ ਦਾ ਨਾਂ। ਉਈ ਬਸ ਚਲੋ ਜਿਵੇਂ ਸੀਰੀਜ਼ ਆਉਂਦੀ ਆ ਨੰਬਰ ਲੈ ਲਿਆ ਹੁਣ। ਅਤੇ ਹੀਰੋ ਹਾਂਡੇ ਬਾਰੇ ਤਾਂ ਚਲੋ ਆਪਣਾ ਸਾਰਾ ਪੰਜਾਬ ਹੀ ਜਾਣਦਾ ਵਾ, ਬਹੁਤ ਲੋਕਾਂ ਨੇ ਪੁਰਾਣੇ ਟਾਈਮ ਦੇ ਵਿੱਚ ਚਲਾਇਆ, ਹੁਣ ਤੱਕ ਵੀ ਹੀਰੋ ਹਾਂਡਾ ਕੰਪਨੀ ਚੱਲਦੀ ਆ, ਠੀਕ ਆ, ਪਰ ਇਹ ਮਾਡਲ ਬੰਦ ਹੋ ਗਿਆ ਵਾ। ਅੱਗੇ ਹੀਰੋ ਹਾਂਡਾ ਕਹਿੰਦੇ ਹੀ ਇਹਨੂੰ ਹੁੰਦੇ ਸੀਗੇ ਆਹ CD 100 SS, ਇਹਦੇ ਬਾਰੇ ਕੋਈ ਖਾਸ ਕਿਸੇ ਨੂੰ ਨਹੀਂ ਹੁੰਦਾ ਸੀ ਪਤਾ। 2006 ਦੇ ਬਾਅਦ ਜਦੋਂ ਇਹ ਬੰਦ ਹੋ ਗਿਆ, ਹੋਰ ਇਹਦੇ ਮਤਲਬ ਹੀਰੋ ਹਾਂਡੇ ਦੇ ਹੀਰੋ ਦੇ ਮੋਟਰਸਾਈਕਲ ਹੋਂਡੇ ਦੇ ਮੋਟਰਸਾਈਕਲ ਆਉਂਦੇ ਰਹੇ, ਠੀਕ ਆ, ਟਾਈਮ ਟੂ ਟਾਈਮ ਫਰਕ ਪੈਂਦਾ ਰਿਹਾ। ਹੁਣ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਹੀਰੋ ਹਾਂਡੇ ਦਾ ਇਤਿਹਾਸ ਦੱਸ ਦੇਣਾ ਚਾਹੁੰਦਾ। ਸੰਨ ਜੇ ਗੱਲ ਕਰੀਏ ਸੰਨ 84 ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਸੀਗਾ, ਅਤੇ ਪਰ ਬਾਕੀ ਇੰਡੀਆ ਦੇ ਵਿੱਚ ਮਾਹੌਲ ਨੋਰਮਲ ਵਰਗਾ ਸੀਗਾ, ਠੀਕ ਸੀ, ਚਲੋ ਚੱਲੀ ਜਾਂਦਾ ਸੀ। ਉਹ ਟਾਈਮਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਕੰਪਨੀਆਂ ਬਾਹਰਲੀਆਂ ਹੈ ਨਾ ਆ ਕੇ ਆਪਣੇ ਇੱਥੇ ਇਨਵੈਸਟ ਕਰ ਲੈਂਦੀਆਂ ਨੇ, ਪਲਾਂਟ ਲਾ ਲੈਂਦੀਆਂ ਨੇ, ਆਪਦੇ ਕੰਮ ਚਲਾ ਲੈਂਦੀਆਂ ਨੇ, ਉਦੋਂ ਇਹ ਰੂਲ ਨਹੀਂ ਹੁੰਦਾ ਸੀਗਾ ਇੰਡੀਆ ਦੇ ਵਿੱਚ। ਸੰਨ 84 ਤੋਂ ਪਹਿਲਾਂ ਦੀ ਹੀਰੋ ਕੰਪਨੀ ਆ ਜਿਹੜੀ ਹੀਰੋ ਸਾਈਕਲ ਕੰਪਨੀ ਆ, ਅਤੇ ਇਹ ਬਹੁਤ ਜ਼ਿਆਦਾ ਮਤਲਬ ਹਾਈ ਲੈਵਲ 'ਤੇ ਚੱਲ ਰਹੀ ਸੀਗੀ, ਹੀਰੋ ਸਾਈਕਲ ਬਹੁਤ ਜ਼ਿਆਦਾ ਚੱਲਦੇ ਹੁੰਦੇ ਸੀਗੇ, ਵੱਡੀ ਕੰਪਨੀ ਸੀ, ਪੈਸੇ ਵਾਲੇ ਬੰਦੇ ਸੀਗੇ ਇਹ। ਅਤੇ ਸੰਨ 83 ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਜਾਣੀ ਕਿ ਜਿਵੇਂ ਸੋਚਿਆ ਇਹਨਾਂ ਨੇ ਵੀ ਹਾਂ ਸਕੂਟਰੀਆਂ ਦਾ ਦੌਰ ਸੀਗਾ ਉਹ, ਚਲੋ ਰਾਜਦੂਤ ਵੀ ਆਉਂਦਾ ਹੁੰਦਾ ਸੀ ਉਹ ਟਾਈਮ ਦੇ ਉੱਤੇ, ਬੋਲਟ ਮਹਿੰਗਾ ਵਾਲਾ ਸੀਗਾ, ਜਣਾ ਖਣਾ ਅਫੋਰਡ ਨਹੀਂ ਕਰ ਸਕਦਾ ਸੀਗਾ, ਲੈ ਨਹੀਂ ਸਕਦਾ ਸੀਗਾ, ਫਿਰ ਖਰਚਾ ਨਹੀਂ ਝੱਲ ਸਕਦਾ ਸੀ ਉਹਦਾ। ਅਤੇ ਉਦੋਂ ਹੀਰੋ ਨੇ ਕਾਫੀ ਜਾਣੀ ਕਿ ਸੋਚਿਆ, ਬਿਜ਼ਨਸਮੈਨ ਬੰਦੇ ਸੀ, ਬਿਜ਼ਨਸ ਦੇ ਹਿਸਾਬ ਨਾਲ ਸੋਚਿਆ ਵੀ ਕਿਉਂ ਨਾ ਕੋਈ ਮੋਟਰਸਾਈਕਲ ਲਾਂਚ ਕੀਤਾ ਜਾਵੇ। ਮੋਟਰਸਾਈਕਲ ਲਾਂਚ ਕਰਨ ਵਾਸਤੇ ਚਾਹੀਦੀ ਸੀ ਟੈਕਨੋਲੋਜੀ ਹੈ ਨਹੀਂ ਸੀ। ਇਹਨਾਂ ਨੇ ਇੱਕ ਜਪਾਨੀ ਕੰਪਨੀ ਦੇ ਨਾਲ ਕਨੈਕਟ ਕੀਤਾ, ਹੋਂਡਾ ਕੰਪਨੀ ਦੇ ਨਾਲ, ਅਤੇ ਸੰਨ 84 ਦੇ ਵਿੱਚ ਇਹਨਾਂ ਦਾ ਕੰਟਰੈਕਟ ਹੋ ਗਿਆ। ਜਪਾਨੀ ਕੰਪਨੀ ਇੰਡੀਆ ਦੇ ਵਿੱਚ ਆਈ, ਇਹਨਾਂ ਨੇ ਹਰਿਆਣੇ ਦੇ ਵਿੱਚ ਆਪਦਾ ਪਲਾਂਟ ਲਾ ਲਿਆ, ਹੀਰੋ ਅਤੇ ਹਾਂਡੇ ਨੇ ਇਕੱਠੇ ਹੋ ਕੇ। ਅਤੇ ਸੰਨ 84 ਤੋਂ ਬਾਅਦ ਮਤਲਬ ਸੰਨ 85 ਦੇ ਨੀਅਰ ਅਬਾਊਟ ਪਹਿਲਾ ਮੋਟਰਸਾਈਕਲ ਕੱਢਿਆ ਸੀਗਾ ਹੀਰੋ ਹਾਂਡਾ CD 100। ਸੰਨ 84 ਤੋਂ ਲੈ ਕੇ ਬਹੁਤ ਜ਼ਿਆਦਾ ਵਿਕਿਆ ਸੰਨ 90 ਦੇ 91 ਦੇ ਦਹਾਕੇ ਤੱਕ, ਉਦੋਂ ਇਹਦਾ ਨਾਮ ਹੁੰਦਾ ਸੀਗਾ ਹੀਰੋ ਹਾਂਡਾ CD 100, ਠੀਕ ਆ। ਮਿਡਲ ਕਲਾਸ ਹਰ ਇੱਕ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਿਡਲ ਕਲਾਸ ਫੈਮਿਲੀ ਦਾ ਇੱਕ ਅੱਖਾਂ ਦਾ ਸਤਾਰਾ ਮੋਟਰਸਾਈਕਲ ਕਹਿ ਦਈਏ ਉਹ ਆਹ ਮੋਟਰਸਾਈਕਲ ਸੀਗਾ, ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਸੀ ਬਈ ਹਾਂ ਬਹੁਤ ਘੱਟ ਰੇਟ ਦੇ ਵਿੱਚ, ਜਿਵੇਂ ਆਪਾਂ ਕਰ ਦਿੰਦੇ ਹਾਂ ਗੱਲ ਵੀ ਬਹੁਤ ਘੱਟ ਰੇਟ ਦੇ ਵਿੱਚ, ਬਈ ਹਾਂ ਸਪੇਅਰ ਪਾਰਟ ਵੀ ਸਸਤਾ ਹੋਵੇ, ਮਿਲੇ ਵੀ ਸੌਖਾ, ਸਸਤੇ ਰੇਟ ਦੇ ਵਿੱਚ ਮਿਲ ਜਾਵੇ, ਅਤੇ ਐਵਰੇਜ ਵੀ ਇੰਨੀ ਕੁ ਜ਼ਿਆਦਾ ਹੋਵੇ ਬਈ ਹਾਂ ਪੈਟਰੋਲ ਨੂੰ ਸੁੰਘ ਕੇ ਚੱਲੇ, ਅਤੇ ਮਾੜੇ ਤੋਂ ਮਾੜਾ ਬੰਦਾ ਵੀ ਇਹਨੂੰ ਚਲਾ ਸਕੇ, ਅਫੋਰਡ ਕਰ ਸਕੇ, ਠੀਕ ਆ। ਉਦੋਂ ਇੰਡੀਆ ਦੇ ਵਿੱਚ ਸੜਕਾਂ ਵੀ ਇੰਨੀਆਂ ਕੋਈ ਖਾਸ ਵਧੀਆ ਨਹੀਂ ਹੁੰਦੀਆਂ ਸੀਗੀਆਂ, ਅਤੇ ਟੁੱਟੇ ਫੁੱਟੇ ਵਿੰਗੇ ਟੇਢੇ ਰਾਹਾਂ ਦੇ ਉੱਤੇ ਚੱਲਣ ਦੇ ਵਿੱਚ ਪੂਰਾ ਸਕਸ਼ਮ ਸੀਗਾ ਇਹ, ਪੂਰਾ ਵਧੀਆ ਮੋਟਰਸਾਈਕਲ। ਆਮ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕਹਿ ਦਈਏ ਆਮ ਸਾਰੇ ਮੋਟਰਸਾਈਕਲ ਹੀ 50% ਲੋਹੇ ਦੇ ਹੁੰਦੇ ਆ, ਅਤੇ 50% ਉਹਨਾਂ ਨੂੰ ਹੋਰ ਪਲਾਸਟਿਕ ਵਗੈਰਾ ਲੱਗੀ ਹੁੰਦੀ ਆ। ਇਹ ਇਕੱਲਾ ਮੋਟਰਸਾਈਕਲ ਸੀਗਾ 97 CC ਦੇ ਵਿੱਚ ਜਿਹੜਾ 75% ਲੋਹੇ ਦਾ ਬਣਿਆ ਹੋਇਆ ਸੀ। ਉਦੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸੰਨ 91 ਦੀ। ਸੰਨ 91 ਦੇ ਵਿੱਚ ਕੰਪਨੀਆਂ ਨੇ ਮਾਈਨਰ ਜੇ ਇਹਦੇ ਵਿੱਚ ਚੇਂਜਸ ਕੀਤੇ, ਬਦਲੀਆਂ ਕੀਤੀਆਂ, ਠੀਕ ਆ। ਫਿਰ ਇਹਦਾ ਨਾਮ ਬਦਲ ਕੇ ਰੱਖਤਾ ਹੀਰੋ ਹਾਂਡਾ CD 100 SS, ਠੀਕ ਆ। ਇਹ ਮੋਟਰਸਾਈਕਲ ਚਲੋ SS ਆ ਗਿਆ ਸੀਗਾ, ਪਰ ਜਿਵੇਂ ਹੀ ਮਤਲਬ ਪਹਿਲਾਂ ਇਹਨਾਂ ਦਾ ਸਿਸਟਮ ਚੱਲਿਆ ਸੀ ਹੀਰੋ ਅਤੇ ਹਾਂਡੇ ਦਾ ਆਪਸ ਦੇ ਵਿੱਚ ਗੱਠਜੋੜ, ਅਤੇ ਹੋਂਡੇ ਨੂੰ ਜਦੋਂ ਸੰਨ 90 ਦੇ ਵਿੱਚ ਮਤਲਬ ਰੂਲ ਚੇਂਜ ਹੋਏ ਆ ਇੰਡੀਆ ਦੇ,
ਤੇ ਹੋਂਡੇ ਨੂੰ ਉਦੋਂ ਕੋਈ ਰਾਹ ਮਿਲ ਗਿਆ ਸੀਗਾ ਉਦੋਂ ਰੂਲ ਇਹ ਹੋ ਗਏ ਸੀ ਬਈ ਹਾਂ ਬਾਹਰਲੀ ਕੰਪਨੀ ਆ ਕੇ ਇੱਥੇ ਆਪਦਾ ਪਲਾਂਟ ਲਾ ਸਕਦੀ ਆ ਆਪਦਾ ਇਨਵੈਸਟ ਕਰ ਸਕਦੀ ਆ ਕਮਾ ਸਕਦੀ ਆ ਚਲਾ ਸਕਦੀ ਆ ਸਨ 90 ਦੇ ਵਿੱਚ ਹੋਂਡਾ ਨੇ ਆ ਕੇ ਆਪਦੇ ਪਲਾਂਟ ਲਾਉਣੇ ਸ਼ੁਰੂ ਕਰਤੇ ਸੀਗੇ ਠੀਕ ਹੈ ਇੱਕ ਤਾਂ ਉਹ ਹੀਰੋ ਹੋਂਡੇ ਦੇ ਨਾਲ ਕੰਟਰੈਕਟ ਸੀ ਇੱਧਰੋਂ ਪੈਸੇ ਕਮਾ ਰਹੇ ਸੀਗੇ ਅਤੇ ਇੱਕ ਸਨ 90 ਤੋਂ ਬਾਅਦ ਹੋਂਡਾ ਨੇ ਆਪਦੇ ਵੀ ਮਤਲਬ ਪ੍ਰੋਡਕਟ ਅਲੱਗ ਤੋਂ ਲਾਂਚ ਕਰਨੇ ਸ਼ੁਰੂ ਕਰਤੇ ਸੀਗੇ ਹੋਂਡਾ ਦੇ ਬਹੁਤ ਸਾਰੇ ਮੋਟਰਸਾਈਕਲ ਸਨ 2000 ਤੋਂ ਲਗਭਗ ਸਟਾਰਟ ਹੋ ਗਿਆ ਸੀ ਕੰਮ ਵੀ ਬਹੁਤ ਸਾਰੇ ਮੋਟਰਸਾਈਕਲ ਵਗੈਰਾ ਜਾਂ ਸਕੂਟਰੀਆਂ ਵਗੈਰਾ ਆਉਣ ਲੱਗ ਗਈਆਂ ਸੀਗੀਆਂ ਸਨ 2000 ਤੋਂ ਬਾਅਦ ਹੋਂਡਾ ਦੀ ਐਕਟਿਵਾ ਦੀ ਗੱਲ ਕਰ ਲਈਏ ਇਕੱਲੇ ਹੋਂਡਾ ਦੀ ਸੀਗੀ ਉਹ ਹੋਂਡਾ ਨੇ ਆਪਦੀ ਐਕਟਿਵਾ ਕੱਢੀ ਅਤੇ ਉਹ ਅੱਜ ਸਨ 2022 ਚੱਲਦਾ ਪੂਰੀ ਟੌਪ ਦੇ ਉੱਤੇ ਚੱਲਦੀ ਹੈ ਠੀਕ ਆ ਪੂਰੀ ਵਧੀਆ ਵਿਕਦੀ ਆ ਉਹ ਬਹੁਤ ਵਧੀਆ ਨਾਮ ਕਮਾਇਆ ਉਹਨੇ ਬਹੁਤ ਵਧੀਆ ਪੈਸੇ ਕਮਾਏ ਠੀਕ ਆ ਚੱਲੀ ਗਿਆ ਇਹ ਸਿਸਟਮ ਹੁਣ ਨਾਲ ਦੀ ਨਾਲ ਹੀ ਇਹ ਚੀਜ਼ ਨੂੰ ਹੀਰੋ ਦੇਖ ਰਿਹਾ ਸੀਗਾ ਬਈ ਨਾਲੇ ਤਾਂ ਸਾਡੇ ਨਾਲ ਕੰਟਰੈਕਟ ਆ ਹੋਂਡਾ ਦਾ ਹੋਂਡਾ ਦੀਆਂ ਪੰਜੇ ਉਂਗਲਾਂ ਘਿਓ 'ਚ ਹੋ ਗਈਆਂ ਸੀ ਨਾਲੇ ਤਾਂ ਦੂਸਰੇ ਪਾਸੇ ਕਮਾਈ ਜਾਂਦਾ ਸੀ ਨਾਲੇ ਇੱਧਰੋਂ ਹਿੱਸੇਦਾਰੀ ਦੇ ਵਿੱਚੋਂ ਲਈ ਜਾਂਦਾ ਸੀਗਾ ਅਤੇ ਇਹੀ ਇਹਨਾਂ ਦੀਆਂ ਮਾੜੀਆਂ ਮੋਟੀਆਂ ਅਣਬਣਾ ਚੱਲਦੇ ਦੇ ਦੌਰ ਦੇ ਵਿੱਚ ਹੀ ਸਨ 2000 ਆ ਗਿਆ ਜਦੋਂ 2000 ਤੋਂ ਬਾਅਦ ਹੋਰ ਮਤਲਬ ਓਪਰਚੁਨਿਟੀਆਂ ਆ ਗਈਆਂ ਇੰਡੀਆ ਦੇ ਵਿੱਚ ਕਾਵਾਸਾਖੀ ਵਗੈਰਾ ਚੱਲਣ ਲੱਗ ਗਿਆ ਯਾਮਾ ਵਧੀਆ ਉਦੋਂ ਰੂਪ ਦੇ ਵਿੱਚ ਚੱਲਦਾ ਹੁੰਦਾ ਸੀਗਾ ਯਾਮੇ ਦੀ ਵੀ ਬਹੁਤ ਡਿਮਾਂਡ ਆ ਰਹੀ ਆ ਯਾਮੇ ਦੇ ਵੀ ਅਸੀਂ ਛੇਤੀ ਵੀ ਵੀਡੀਓ ਬਣਾਵਾਂਗੇ ਚਲੋ ਅਤੇ ਉਦੋਂ ਬਾਅਦ ਦੇ ਵਿੱਚ ਕਾਫੀ ਮਤਲਬ ਕੰਪਨੀਆਂ ਚੱਲਦੀਆਂ ਸੀ ਸਕੂਟਰਾਂ ਦਾ ਯੁੱਗ ਸੀ ਸਕੂਟਰੀਆਂ ਦਾ ਯੁੱਗ ਸੀਗਾ ਉਹਦੇ ਵਿੱਚ ਮੋਟਰਸਾਈਕਲਾਂ ਦੀ ਵਧੀਆ ਡਿਮਾਂਡ ਹੋਣ ਲੱਗ ਗਈ ਸੀ ਐਵਰੇਜ ਹੋਣ ਦੇ ਕਾਰਨ ਅਤੇ ਸਨ 2000 ਦੇ ਨੀਅਰ ਅਬਾਊਟ ਚੱਲਦੇ 2006 ਤੱਕ ਇਹਨਾਂ ਦੀ ਹੀਰੋ ਹੋਂਡਾ ਦੀ ਆਪਸੀ ਮਾੜੀ ਮੋਟੀ ਅਣਬਣ ਕਹਿ ਦਈਏ ਅਤੇ ਕੁਛ ਉਹ ਅਣਬਣ ਚੱਲਦੀ ਸੀਗੀ ਕੁਛ ਇਹ ਮੋਟਰਸਾਈਕਲ ਦੀ ਸੇਲ ਘੱਟਦੀ ਗਈ ਅਤੇ ਹੋਰ ਮੋਟਰਸਾਈਕਲ ਮਤਲਬ ਇਹਦੇ ਤੋਂ ਬਿਨਾਂ ਆਉਂਦੇ ਰਹੇ ਮਾਰਕੀਟ ਦੇ ਵਿੱਚ ਤਾਂ ਕੰਪਨੀ ਨੇ ਡਿਸਾਈਡ ਕੀਤਾ ਸਨ 2006 ਦੇ ਵਿੱਚ ਇਹ ਮੋਟਰਸਾਈਕਲ ਨੂੰ ਫਾਈਨਲੀ ਬੰਦ ਕਰਤਾ 2006 ਤੋਂ ਬਾਅਦ ਹੀਰੋ ਹੋਂਡਾ SS ਆਇਆ ਨਹੀਂ ਹੈਗਾ ਗਾ ਅਤੇ ਉਦੋਂ ਬਾਅਦ ਦੇ ਵਿੱਚ ਮਤਲਬ ਹੁਣ ਜਿਹੜੀ ਤੁਹਾਨੂੰ ਗੱਲ ਦੱਸਦਾ ਵਾਂ ਹਜੇ ਸਾਰੇ ਇੰਡੀਆ ਦਾ ਰਿਵਿਊ ਕਰਦੇ ਹਾਂ ਉਹਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ CD 100 SS ਦੀ ਸੇਲ ਘੱਟ ਗਈ ਸੀਗੀ ਵੀ ਤਾਂ ਬੰਦ ਹੋਇਆ ਸੀ ਹੈ ਨਾ ਅਤੇ ਜੇ ਪੰਜਾਬ ਦੇ ਵਿੱਚੋਂ ਕਿਸੇ ਵੀ ਬੰਦੇ ਤੋਂ ਪੁੱਛਦੇ ਹਾਂ ਪੁਰਾਣੇ ਬੰਦੇ ਤੋਂ ਜਾਂ ਏਜੰਸੀ ਵਾਲਿਆਂ ਤੋਂ ਪੁੱਛਦੇ ਹਾਂ ਉਹ ਕਹਿੰਦੇ ਆ ਵੀ ਇਹਦੀ ਸੇਲ ਹੈ ਹੀ ਇੰਨੀ ਜ਼ਿਆਦਾ ਸੀਗੀ ਵੀ ਹੀਰੋ ਹੋਂਡਾ ਦਾ ਕੋਈ ਹੋਰ ਮੋਟਰਸਾਈਕਲ ਬੈਕ ਹੀ ਨਹੀਂ ਰਿਹਾ ਸੀਗਾ ਵੀ ਇਹ ਤਾਂ ਬੰਦ ਕੀਤਾ ਸੀਗਾ ਤਾਂ ਕਿ ਸਪਲੈਂਡਰ ਵਗੈਰਾ ਜਾਂ ਹੋਰ ਮੋਟਰਸਾਈਕਲ ਹੀਰੋ ਹੋਂਡੇ ਦੀਆਂ ਦੀ ਸੇਲ ਵੱਧ ਸਕੇ ਹਜੇ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਮਤਲਬ ਘਰਾਂ ਨੇ ਮੁੰਡਿਆਂ ਨੇ ਸ਼ੌਂਕ ਨਾਲ ਮਤਲਬ ਇਹ ਮੋਟਰਸਾਈਕਲ ਸਾਂਭ ਕੇ ਰੱਖੇ ਹੋਏ ਆ ਇਹ ਉਹ ਟਾਈਮ ਦਾ ਮੋਟਰਸਾਈਕਲ ਆ 2006 ਮਾਡਲ ਹੀਰੋ ਹੋਂਡਾ SS ਇਹਦੇ ਜੇ ਮੈਂ ਰੰਗ ਦੀ ਗੱਲ ਕਰਾਂ ਟੋਟਲੀ ਆਹ ਦੇਖੀ ਵੀਰੇ ਨੇੜੇ ਕਰਕੇ ਦਿਖਾਈ ਆਹ ਰੰਗ ਸਾਰਾ ਆਹ ਮਰਗਾੜ ਠੀਕ ਆ ਸਾਰੇ ਹੀ ਇਹਦੇ ਨਾਲ ਦੇ ਆ ਠੀਕ ਆ 2006 ਮਾਡਲ ਆ ਇਹ ਮੈਨੂਫੈਕਚਰਿੰਗ ਸ਼ਾਇਦ ਇਹਦੀ 2005 ਦੀ ਹੋਵੇ ਜੇ ਹੁਣ ਆਪਾਂ ਲਗਭਗ ਗੱਲ ਕਰੀਏ ਤਾਂ 17 ਕੁ ਸਾਲ ਪੁਰਾਣਾ ਮੋਟਰਸਾਈਕਲ ਆ ਅਤੇ ਇੰਨਾ ਜ਼ਿਆਦਾ ਸਾਂਭ ਕੇ ਰੱਖਣਾ ਅਤੇ 51,000 ਕਿਲੋਮੀਟਰ ਓਰਿਜਨਲ ਚੱਲਿਆ ਹੋਇਆ ਵਾ ਇਹ ਆਹ ਚਲੋ ਜਿਹੜੇ ਅਲਾਏ ਆ ਇਹ ਸਪਲੈਂਡਰ ਵਾਲੇ ਪੁਆਏ ਹੋਏ ਆ ਹੈ ਨਾ ਬਾਅਦ ਦੇ ਵਿੱਚ ਅਸੀਂ ਇਹਦੇ ਵਿੱਚ ਮੋਡੀਫਿਕੇਸ਼ਨ ਕਰਵਾਈ ਆ ਅਤੇ ਇਹ ਕਿਸੇ ਸਪਲੈਂਡਰ ਵਾਲੇ ਵੀਰ ਨੇ ਲਹਾਏ ਸੀਗੇ ਅਤੇ ਉਹਦੇ ਅਸੀਂ ਪੁਆ ਲਏ ਸੀਗੇ ਵੀ ਹਾਂ ਚਲੋ ਓਰਿਜਨਲ ਰੱਖਣਾ ਵਾ ਜਿਹੜੇ ਕਿਉਂਕਿ ਗੱਜ ਸੀਗੇ 17 ਸਾਲ ਹੋ ਗਏ ਮਾੜਾ ਮੋਟਾ ਉਹਨਾਂ ਨੂੰ ਜੰਗਾਲ ਵਗੈਰਾ ਪੈਣ ਲੱਗ ਗਿਆ ਸੀਗਾ ਇੱਕ ਐਂ ਸੀਗਾ ਵੀ ਥੋੜ੍ਹੀ ਜਿਹੀ ਲੁੱਕ ਚੇਂਜ ਹੋ ਜਾਵੇ ਅਦਰਵਾਈਜ਼ ਤਾਂ ਮਤਲਬ ਸਾਡਾ ਕੋਈ ਐਡਾ ਖਾਸ ਮਨ ਹੈ ਨਹੀਂ ਸੀਗਾ ਵੀ ਗੱਜ ਕਢਵਾ ਦਈਏ ਸ਼ੌਂਕ ਨਾਲ ਰੱਖਿਆ ਹੋਇਆ ਵਾ ਅਤੇ ਤੁਹਾਨੂੰ ਮੈਂ ਇੱਕ ਹੀਰੋ ਹੋਂਡੇ ਦੀ ਹੋਰ ਚੀਜ਼ ਦੱਸਦਾ ਵਾਂ ਵੀ ਜਿਵੇਂ ਹੁਣ ਇਹਦੇ ਇੰਜਣ ਦੀ ਟੈਕਨੋਲੋਜੀ ਦੀ ਗੱਲ ਕਰੀਏ ਬਹੁਤ ਟਾਈਮ ਤੋਂ ਇਹਨਾਂ ਦੀ ਆਹੀ ਚੱਲਦੀ ਆਉਂਦੀ ਹੈ ਅਤੇ ਹਜੇ ਤੱਕ ਵੀ ਵਧੀਆ ਉਵੇਂ ਚੱਲੀ ਜਾਂਦੀ ਹੈ ਕਿਉਂਕਿ ਸਪਲੈਂਡਰ ਦੇ ਵਿੱਚ ਵੀ ਜੇ ਗੱਲ ਕਰੀਏ ਹਜੇ ਤੱਕ ਵੀ ਸਨ 2022 ਤੱਕ ਵੀ ਆਹੀ ਇੰਜਣ ਆਉਂਦਾ ਵਾ ਜ਼ਰੂਰ ਉੱਥੇ EFI ਸਿਸਟਮ ਆ ਗਿਆ ਵਾ ਠੀਕ ਹੈ ਇੱਥੇ ਕਾਰਬਿਟ ਦੀ ਜਗ੍ਹਾ 'ਤੇ ਪਰ ਇੰਜਣ ਆਹੀ ਆਉਂਦਾ ਪਰ ਇਹਦੇ ਵਿੱਚ ਪਤਾ ਨਹੀਂ ਕੀ ਗੱਲ ਸੀ ਇਹ ਸਲੋ ਸਪੀਡ ਬਾਈਕ ਸੀਗੀ ਜੇ ਹੁਣ ਆਪਾਂ ਸਪਲੈਂਡਰ ਨਾਲ ਇਹਦਾ ਕੰਪੈਰੀਜ਼ਨ ਕਰੀਏ ਤਾਂ ਸਪਲੈਂਡਰ ਜ਼ਿਆਦਾ ਭੱਜਦਾ ਵਾ ਇਹਦੀ ਪੈਕਅਪ ਘੱਟ ਆ ਪਰ ਜੇ ਐਵਰੇਜ ਦੇ ਵਿੱਚ ਕੰਪੈਰੀਜ਼ਨ ਕਰੀਏ ਬਹੁਤ ਵਾਰ ਅਸੀਂ ਕੱਢ ਕੇ ਦੇਖੀ ਆ ਇਹ ਦਿੰਦਾ ਐਵਰੇਜ 65-70 ਦੀ ਅਤੇ ਸਪਲੈਂਡਰ ਐਵਰੇਜ ਦਿੰਦਾ 55-60 ਦੀ ਇਸ ਕਰਕੇ ਸਪਲੈਂਡਰ ਨਾਲੋਂ ਤਾਂ ਬਹੁਤ ਜ਼ਿਆਦਾ ਮਤਲਬ ਵਧੀਆ ਸੀਗਾ ਮੰਨਿਆ ਜਾਂਦਾ ਸੀਗਾ ਜੇ ਹਜੇ ਤੱਕ ਵੀ ਮੈਂ ਕਹਿੰਦਾ ਜੇ ਆਉਂਦਾ ਹੁੰਦਾ ਤਾਂ ਇਹਨੇ ਵਧੀਆ ਹੀ ਵਿਕਣਾ ਸੀਗਾ ਸਪਲੈਂਡਰ ਨਾਲੋਂ ਇਹਦੀ ਟੈਂਕੀ ਛੋਟੀ ਆ ਸਾਈਜ਼ ਦੇ ਵਿੱਚ ਨਾ ਟੈਂਕੀ ਛੋਟੀ ਆ ਸਪਲੈਂਡਰ ਨਾਲੋਂ ਅਤੇ ਹੁਣ ਉਹੀ ਜਿਹੜੀ ਪੁਰਾਣੀ ਗੱਲ ਚੱਲਦੀ ਸੀ ਥੋੜ੍ਹੀ ਜਿਹੀ ਮੈਂ ਉਹਦੇ ਬਾਰੇ ਵੀ ਤੁਹਾਨੂੰ ਬਰੀਕੀ ਦੇ ਵਿੱਚ ਦੱਸਦਾ ਅਤੇ ਜਿਵੇਂ ਮਤਲਬ ਹੀਰੋ ਹੋਂਡਾ ਅਲੱਗ ਕਾਹਤੋਂ ਹੋਇਆ ਅਤੇ ਕਿਵੇਂ ਹੋਇਆ ਅਣਬਣ ਚੱਲਦੀ ਸੀਗੀ ਹੋਂਡਾ ਆਪਦਾ ਅਲੱਗ ਤੋਂ ਕਮਾਈ ਜਾਂਦਾ ਸੀਗਾ ਅਤੇ ਹੋਂਡਾ ਦੀ ਹੀਰੋ ਦੀ ਆਪਸੀ ਅਣਬਣ ਚੱਲਦੇ
ਹੀਰੋ ਨੇ ਅਲੱਗ ਤੋਂ ਸੋਚਣਾ ਸਟਾਰਟ ਕਰਤਾ ਵੀ ਮੈਂ ਹੁਣ ਆਪਦਾ ਅਲੱਗ ਕਰਾਂ ਕੁਛ, ਤੇ ਅਲੱਗ ਕਰਨ ਵਾਸਤੇ ਇਹ ਵੀ ਡਰ ਸੀਗਾ ਵੀ ਕਿਤੇ ਨਾ ਕਿਤੇ ਵੀ ਸਾਡੀ ਕੰਪਨੀ ਡਾਊਨ ਨਾ ਪੈ ਜਾਵੇ, ਹੈ ਨਾ, ਕਿਉਂਕਿ ਟੈਕਨੋਲੋਜੀ ਦਾ ਆਪਦਾ ਇੰਨਾ ਦਿਮਾਗ ਹੈ ਨਹੀਂ ਸੀਗਾ। ਨਾਲ ਦੀ ਨਾਲ ਉਹ ਥੋੜ੍ਹਾ ਥੋੜ੍ਹਾ ਡਿਵੈਲਪ ਹੋ ਹੀ ਗਏ ਸਨ 2000 ਤੋਂ ਲੈ ਕੇ, ਹੁਣ ਸੰਨ 84 ਦੇ ਵਿੱਚ ਕੰਟਰੈਕਟ ਹੋਇਆ ਸੀ ਇਹਨਾਂ ਦਾ, ਉਹ 10 ਸਾਲਾਂ ਕੰਟਰੈਕਟ ਹੁੰਦਾ ਸੀਗਾ। ਸੰਨ 84 ਤੋਂ 94, 94 ਤੋਂ ਹੋਇਆ ਸੀਗਾ 2004, 2004 ਤੋਂ ਬਾਅਦ ਹੋਣਾ ਸੀ 2014 ਦੇ ਵਿੱਚ ਦੁਬਾਰਾ। 2014 ਦੇ ਵਿੱਚ ਇਹਨਾਂ ਨੇ ਕੰਟਰੈਕਟ ਨਹੀਂ ਕੀਤਾ, ਹੀਰੋ ਨੇ ਕੰਟਰੈਕਟ ਤੋੜਤਾ 2014 ਤੋਂ ਬਾਅਦ। ਆ ਜਿੱਥੇ ਹੀਰੋ ਹੰਡਾ ਲਿਖਿਆ ਆਉਂਦਾ ਸੀਗਾ ਇਕੱਲਾ, ਅੱਜ ਕੱਲ੍ਹ ਸਪਲੈਂਡਰਾਂ ਦੇ ਉੱਤੇ ਜਾਂ ਹੀਰੋ ਦੇ ਜਿਹੜੇ ਮੋਟਰਸਾਈਕਲ ਆਉਂਦੇ ਆ ਤਾਂ ਇਕੱਲਾ ਹੀਰੋ ਲਿਖਿਆ ਆਉਂਦਾ ਵਾ, ਅਤੇ ਅੱਜ ਕੱਲ੍ਹ ਵੀ ਵਧੀਆ ਸੇਲ ਦੇ ਵਿੱਚ ਨੇ, ਬਹੁਤ ਵਧੀਆ ਵਿਕ ਰਹੇ ਨੇ। ਤੁਹਾਨੂੰ ਗਾਹਲੀਆਂ ਵੀਡੀਓ ਦੇ ਵਿੱਚ ਸਪਲੈਂਡਰ ਦਾ ਵੀ ਕੁਛ, ਮਤਲਬ ਨਵੀਆਂ ਚੀਜ਼ਾਂ ਵੀ ਦੱਸਾਂਗੇ, ਪੁਰਾਣੀਆਂ ਚੀਜ਼ਾਂ ਵੀ ਦੱਸਾਂਗੇ। ਸਪਲੈਂਡਰ ਮੈਂ ਖੁਦ ਵੀ ਰੱਖਿਆ ਹੋਇਆ, ਅਤੇ ਮਤਲਬ 8 ਕੁ ਸਾਲ ਚਲਾਇਆ ਮੈਂ ਸਪਲੈਂਡਰ, ਅੰਦਾਜ਼ਾ 1.5 ਲੱਖ ਕਿਲੋਮੀਟਰ ਚਲਾ ਕੇ ਮੈਂ ਵੇਚਿਆ ਸੀਗਾ ਜਿਹੜਾ ਸਪਲੈਂਡਰ ਮੋਟਰਸਾਈਕਲ ਸੀਗਾ। ਵੀਰੇ ਅਜੇ ਘੁਮਾ ਕੇ ਦਿਖਾ ਦੇ ਮਾੜਾ ਜਿਹਾ ਚਾਰੇ ਪਾਸੇ ਮੋਟਰਸਾਈਕਲ ਨੂੰ। ਇਹ ਮੋਟਰਸਾਈਕਲ ਬਿਲਕੁਲ ਓਰੀਜਨਲ ਮੋਟਰਸਾਈਕਲ ਆ, ਅਤੇ ਆਹੀ ਆਇਆ ਸੀ ਜੀ, ਮੈਂ ਜਾਂਸੀ ਵਿੱਚੋਂ ਆਇਆ ਸੀਗਾ। ਇਹ ਇਕੱਲੇ ਲਾਈਵ ਵੀਲ ਆਪਾਂ ਚੇਂਜ ਕੀਤੇ ਆ, ਜੇ ਹਾਰਨ ਦੀ ਵੀ ਗੱਲ ਕਰੀਏ ਇਹਦਾ ਹਾਰਨ ਵੀ ਓਰੀਜਨਲ ਆ, ਹਜੇ ਤੱਕ ਵੀ 2006 ਦਾ ਹਾਰਨ ਵੀ ਹਜੇ ਤੱਕ ਓਰੀਜਨਲ ਲੱਗਿਆ ਹੋਇਆ ਇਹਦੇ ਨਾਲ ਦਾ। ਉਹ ਦੇਖੋ ਹੀਰੋ ਹਾਂਡੇ ਦੇ ਮਾਰਕੇ ਉਵੇਂ ਲੱਗੇ ਹੋਏ ਨੇ, ਇਹ ਸਾਂਭ ਕੇ ਰੱਖਿਆ ਹੋਇਆ, ਕੋਈ ਇਹ ਪੇਂਟ ਨਹੀਂ ਹੋਇਆ ਹੋਇਆ ਮੋਟਰਸਾਈਕਲ, ਠੀਕ ਆ, ਇਹ ਸਾਂਭਦੇ ਸਿਰ 'ਤੇ ਇੰਨਾ ਜ਼ਿਆਦਾ ਸਾਂਭਿਆ ਹੋਇਆ ਵਾ, ਅਤੇ ਹਜੇ ਵੀ ਜਿਵੇਂ ਆਪਾਂ ਵਹਿਮੀ ਕਹਿ ਦਈਏ ਵਹਿਮੀ ਬੰਦੇ ਨੇ ਰੱਖਿਆ ਹੋਇਆ ਉਹ ਟਾਈਮਾਂ ਦੇ ਵਿੱਚ। ਅੱਜ ਜਿਵੇਂ ਹੁਣ ਗੱਲ ਕਰਦੇ ਹਾਂ, ਅਤੇ ਜਿਹੜੇ ਬੰਦੇ ਨੇ ਵੀ, ਹੈ ਨਾ, ਘਰਾਂ ਦੇ ਵਿੱਚ ਤੁਸੀਂ ਆਪਸੀ ਆਮ ਹੀ ਇਹ ਚੀਜ਼ ਦੇਖਦੇ ਹੋਵੋਗੇ, ਜਿਹੜੇ ਬੰਦਿਆਂ ਨੇ ਬੋਲਟ ਰੱਖੇ ਹੋਏ ਆ, ਠੀਕ ਆ, ਮੋਸਟਲੀ ਇਹ ਚੀਜ਼ ਹੈਗੀ ਹੈਗੀ ਆ, 90% ਚੀਜ਼ ਹੈਗੀ ਆ, ਜਿਹੜੇ ਬੰਦਿਆਂ ਨੇ ਬੋਲਟ ਮੋਟਰਸਾਈਕਲ ਰੱਖੇ ਹੋਏ ਆ, ਠੀਕ ਆ, ਉਹਨਾਂ ਦੇ ਨਾਲ ਇੱਕ ਛੋਟਾ ਮੋਟਰਸਾਈਕਲ ਜ਼ਰੂਰ ਰੱਖਿਆ ਹੁੰਦਾ ਵਾ, ਸਪਲੈਂਡਰ ਵਗੈਰਾ, ਹੈ ਨਾ, ਜਾਂ ਚਲੋ CT 100 ਰੱਖੀ ਫਿਰਦਾ ਬਜਾਜ ਦਾ ਮੋਟਰਸਾਈਕਲ। ਅਤੇ ਇਹ ਉਹ ਟਾਈਮਾਂ ਦੇ ਵਿੱਚ ਜਦੋਂ ਜਿਹਨਾਂ ਕੋਲ ਵੀ ਬੋਲਟ ਮੋਟਰਸਾਈਕਲ ਹੁੰਦੇ ਸੀਗੇ ਤਾਂ ਆਹ CD 100 SS ਨਾਲ ਜ਼ਰੂਰ ਰੱਖਦੇ ਸੀਗੇ, ਕਿਉਂਕਿ ਇਹ ਵੀ ਇੱਕ ਸ਼ਕੀਨਾ ਵਾਲਾ ਮੋਟਰਸਾਈਕਲ ਸੀਗਾ, ਅਤੇ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ, ਇਹ ਬੁੱਕਲ ਦਾ ਮੋਟਰਸਾਈਕਲ ਆ, ਜਮਾਂ ਬੁੱਕਲ ਦਾ ਮੋਟਰਸਾਈਕਲ ਜਿਵੇਂ ਕਹਿ ਦਈਏ, ਛੋਟੇ ਸਾਈਜ਼ ਦੇ ਵਿੱਚ ਚਲਾਉਣ ਦੇ ਵਿੱਚ ਸੌਖਾ, ਐਵਰੇਜ ਦੇ ਵਿੱਚ ਵੱਧ, ਠੀਕ ਹੈ। ਅਤੇ ਬੋਲਟ ਦੇ ਨਾਲ ਇਹ ਜਿਵੇਂ ਬੋਲਟ ਦੇ ਲੋਕਾਂ ਨੇ ਰੱਖੇ ਹੁੰਦੇ ਸੀ, ਬੋਲਟ ਦੇ ਨਾਲ ਨਾਲ ਇਹ ਮੋਟਰਸਾਈਕਲ ਜ਼ਰੂਰ ਰੱਖਿਆ ਹੁੰਦਾ ਸੀਗਾ ਉਹ ਟਾਈਮ ਦੇ ਉੱਤੇ। ਉਹ ਟਾਈਮਾਂ ਦੇ ਵਿੱਚ ਵੀਰੇ ਮਤਲਬ ਇੰਨੀ ਪੁਰਾਣੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਸਸਤੀ ਰੇਟ ਦੇ ਵਿੱਚ ਬਹੁਤ ਵਧੀਆ ਮਤਲਬ ਇਹਨੂੰ ਚੀਜ਼ਾਂ ਦਿੱਤੀਆਂ ਹੋਈਆਂ ਸੀਗੀਆਂ। ਇੱਕ ਤਾਂ ਜਿਵੇਂ ਆਪਾਂ ਸਾਰੀ ਬਾਡੀ ਲੋਹੇ ਦੀ ਕਹਿ ਦਈਏ, ਹੈ ਨਾ, ਅਤੇ ਇਹਨੂੰ ਕੁਛ ਹੁੰਦਾ ਹੀ ਨਹੀਂ ਹੈਗਾ ਗਾ, 17 ਸਾਲ ਚੱਲਦੇ ਨੂੰ ਤਾਂ ਆਪਣੇ ਮਿੱਤਰ ਕੋਲ ਹੋ ਗਏ ਇਹਨੂੰ, ਅਤੇ ਕੋਈ ਇਹੋ ਜਿਹੀ ਮਤਲਬ ਪ੍ਰੋਬਲਮ ਨਹੀਂ ਆਈ ਹੈਗੀ ਗੀ। ਤੁਹਾਨੂੰ ਮੈਂ ਸਟਾਰਟ ਕਰਕੇ ਵੀ ਦਿਖਾਉਂਦਾ ਵਾਂ, ਅਤੇ ਇੰਜਣ ਦੀ ਆਵਾਜ਼ ਇਹਦੀ ਜਮਾਂ ਹੀ ਉਹੋ ਜਿਹੀ ਆ ਜਿਹੋ ਜਿਹਾ ਮਤਲਬ ਲਿਆਂਦਾ ਸੀਗਾ। ਚਲੋ ਟਾਈਮ ਟੂ ਟਾਈਮ ਜਿਵੇਂ ਚੀਜ਼ ਚੱਲਦੀ ਰਹਿੰਦੀ ਆ, ਮਾੜਾ ਮੋਟਾ ਉਤਰਾਅ ਚੜਾ ਆਉਂਦਾ ਰਹਿੰਦਾ ਵਾ। ਅੱਜ ਤੁਹਾਨੂੰ ਸਟਾਰਟ ਕਰਕੇ ਇਹਦੀ ਆਵਾਜ਼ ਦਿਖਾਉਂਦੇ ਹਾਂ, ਅਤੇ ਗੇੜਾ ਦੇ ਕੇ ਵੀ ਦਿਖਾਉਂਦੇ ਹਾਂ। ਦੇਖਿਆ ਚੱਲਦਾ ਨਾ ਫਿਰ, ਸਲੋ ਸਪੀਡ ਜਿਵੇਂ ਸ਼ੌਂਕ ਨਾਲ ਚਲਾਉਣਾ ਹੋਵੇ 30 ਦੀ ਸਪੀਡ ਦੇ ਉੱਤੇ ਚੌਥਾ ਗੇਅਰ ਲੈ ਲੈਂਦਾ ਵਾ ਇਹ, ਅਤੇ ਬਹੁਤ ਹੀ ਵਧੀਆ ਬੁੱਕਲ ਦਾ ਮੋਟਰਸਾਈਕਲ ਆ। ਜਿਨ੍ਹਾਂ ਨੇ ਵੀ ਰੱਖਿਆ ਹੋਇਆ ਵਾ ਜਾਂ ਰੱਖਿਆ ਹੋਇਆ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ, ਬੰਦੇ ਆਪਣੇ ਯਾਰ ਦੋਸਤ ਬਾਹਰ ਵੀ ਬੈਠੇ ਆ, ਅਤੇ ਉਹਨਾਂ ਨੂੰ ਇਹ ਚੀਜ਼ ਦੇ ਸਵਾਦ ਦਾ ਪਤਾ। ਚਲੋ ਇਹਦੇ ਨਾਲ ਹੀ ਅੱਜ ਵੀਰੇ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ। ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਠੀਕ ਆ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰੋ, ਅਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਦੇ ਰਹੋ। ਧੰਨਵਾਦ ਜੀ।